ਸ਼ਿਕਾਲ ਜੀ ਅੱਜ ਅਸੀਂ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੀਚੇਵਾਲ ਮਾਡਲ ਜਿਹੜਾ ਬਣਾਇਆ ਗਿਆ ਪਿੰਡ ਦੇ ਜਿਹੜੇ ਗੰਦਾ ਪਾਣੀ ਆ ਉਹਨੂੰ ਖੋਦ ਕੇ ਇੱਧਰ ਅੱਗੇ ਜਿਹੜਾ ਉਹਨੂੰ ਸਟੋਰ ਕੀਤਾ ਗਿਆ ਅਤੇ ਅੱਗੇ ਜਾ ਕੇ ਉਹਨੂੰ ਸਿੰਚਾਈ ਵਾਸਤੇ ਵਰਤਿਆ ਜਾਵੇਗਾ। ਆਓ ਅਸੀਂ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰਾ ਨਾਮ ਗੁਰਚਰਨਜੀਤ ਸਿੰਘ ਜੱਸੀ, ਮੇਰੇ ਮਾਤਾ ਜੀ ਪਿੰਡ ਦੇ ਸਰਪੰਚ ਹੈ। ਜੋ ਇਹ ਸੀਚੇਵਾਲ ਮਾਡਲ ਬਣਿਆ ਇਹ ਮੰਨ ਲਓ ਮਾਡ ਬਲਾਕ ਦੇ ਵਿੱਚ ਪਹਿਲਾਂ ਮੇਰੇ ਪਿੰਡ ਮੰਨ ਲਓ ਭਾਈ ਬਖਤੌਰ ਵਿਖੇ ਬਣ ਰਿਹਾ। ਸੋ ਇਹਦਾ ਬਹੁਤ ਵੱਡਾ ਫਾਇਦਾ ਹੋਇਆ ਬਣ ਨਾਲ, ਕਿਉਂਕਿ ਪਾਣੀ ਜਿਹੜਾ ਪਿੱਛੇ ਸੀਗਾ ਇੱਥੇ ਕਾਫੀ ਜ਼ਿਆਦਾ ਗੰਦ ਸੀਗਾ, ਗਲੀਆਂ ਦੇ ਵਿੱਚ ਪਾਣੀ ਰੁਕ ਜਾਂਦਾ ਸੀ। ਸੋ ਇਹ ਬਣਨ ਦੇ ਨਾਲ ਪਹਿਲਾਂ ਪਾਣੀ ਜਿਹੜਾ ਸਟੋਰ ਬਹੁਤ ਜ਼ਿਆਦਾ ਹੁੰਦਾ, ਸਟੋਰ ਹੋ ਕੇ ਪਾਣੀ ਸੋਧ ਕੇ ਅੱਗੇ ਜਾਂਦਾ, ਉਸ ਤੋਂ ਬਾਅਦ ਜਿਹੜਾ ਕੱਚਾ ਡੱਗ ਬਣਿਆ ਹੋਇਆ ਉਹਦੇ ਵਿੱਚ ਜਾਂਦਾ ਅਤੇ ਇਸ ਦੇ ਵਿੱਚ ਜਿਹੜਾ ਪਾਣੀ ਆ ਉਹ ਅੱਗੇ ਸਿੰਚਾਈ ਵਾਸਤੇ ਖੇਤਾਂ ਦੇ ਵਿੱਚ ਭੇਜਿਆ ਜਾਂਦਾ। ਜਿਸ ਜਗ੍ਹਾ 'ਤੇ ਸੀਚੇਵਾਲ ਪ੍ਰੋਜੈਕਟ ਬਣਿਆ ਇੱਥੇ ਕਾਫੀ ਜ਼ਿਆਦਾ ਗੰਦ ਸੀਗਾ, ਰੂੜੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀ ਸਾਰੇ, ਅਤੇ ਜਿਹੜਾ ਪਾਣੀ ਵੀ ਸੀਗਾ ਜਦੋਂ ਬਾਰਿਸ਼ ਜ਼ਿਆਦਾ ਆਉਂਦੀ ਸੀ ਤਾਂ ਪਿੱਛੇ ਗਲੀਆਂ ਦੇ ਵਿੱਚ ਪਾਣੀ ਇਹਦਾ ਰੁਕ ਜਾਂਦਾ ਸੀ ਕਿਉਂਕਿ ਸਟੋਰੇਜ ਹੈ ਨਹੀਂ ਸੀ ਇੰਨੀ। ਇਸ ਪ੍ਰੋਜੈਕਟ ਦੇ ਨਾਲ ਮੱਖੀ ਮੱਛਰ ਅਤੇ ਬਿਮਾਰੀਆਂ ਤੋਂ ਬਹੁਤ ਵੱਡੀ ਨਿਜਾਤ ਮਿਲਣੀ ਹੈ ਜੀ, ਅਤੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਵਾਸਤੇ ਵਰਤਿਆ ਜਾਣਾ, ਜੋ ਕਿ ਬਹੁਤ ਵੱਡਾ ਫਾਇਦਾ ਜਿਹੜਾ ਇਸ ਪਿੰਡ ਨੂੰ ਹੋਵੇਗਾ ਜੀ। ਸਟੇਡੀਅਮ ਦੇ ਵਿੱਚ ਪਾਰਕ ਬਣਿਆ ਹੋਇਆ ਜੀ, ਕਿਉਂਕਿ ਸਟੇਡੀਅਮ ਦੇ ਬੈਕ ਸਾਈਡ ਖਾਲੀ ਜਗ੍ਹਾ ਸੀ, ਇੱਥੇ ਜਿੰਨੇ ਵੀ ਨੇੜੇ ਘਰ ਸੀਗੇ ਉਹ ਸਾਰੇ ਘਰਾਂ ਨੇ ਇੱਥੇ ਰੂੜੀਆਂ ਲੱਗੀਆਂ ਹੋਈਆਂ ਸੀਗੀਆਂ, ਕਿਉਂਕਿ ਇੱਕ ਮੇਨ ਜਗ੍ਹਾ ਸੀ ਇੱਥੇ ਬੱਚੇ ਖੇਡਣ ਆਉਂਦੇ ਹੁੰਦੇ ਸ਼ਾਮ ਨੂੰ, ਤਾਂ ਇਹ ਪੰਚਾਇਤ ਵੱਲੋਂ ਸੋਚਿਆ ਗਿਆ ਸਾਰੇ ਘਰਾਂ ਤੋਂ ਰੂੜੀਆਂ ਚੁਕਾ ਕੇ ਜਿਹੜਾ ਇੱਕ ਪਾਰਕ ਦਾ ਇੱਥੇ ਨਿਰਮਾਣ ਕੀਤਾ ਗਿਆ। ਹਾਂਜੀ, ਸਾਡੇ ਲਗਭਗ 200 ਪਖਾਨੇ ਆ ਜਿਹੜੇ ਉਹ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਬਣੇ ਹੋਏ ਨਾ, ਕਿਉਂਕਿ ਪਹਿਲਾਂ ਜਦੋਂ ਲੋਕ ਬਾਹਰ ਜਾਂਦੇ ਸੀਗੇ ਤਾਂ ਉਹਦੇ ਕਰਕੇ ਜਿਹੜੀ ਆਪਣੀ ਹਵਾ ਪਾਣੀ ਵੀ ਦੂਸ਼ਿਤ ਹੁੰਦਾ ਸੀਗਾ ਅਤੇ ਆਪਣਾ ਵਾਤਾਵਰਨ ਵੀ ਖਰਾਬ ਹੁੰਦਾ ਸੀ, ਅਤੇ ਜਿਹੜਾ ਮੱਖੀ ਮੱਛਰ ਦਾ ਵੀ ਜ਼ਿਆਦਾ ਪ੍ਰਭਾਵ ਉਸ ਜਗ੍ਹਾ 'ਤੇ ਪੈਂਦਾ ਸੀ ਜੋ ਖੇਤਾਂ ਦੇ ਵਿੱਚ ਜਾਂਦੇ ਸੀ। ਪਰ ਜਿਹੜੇ ਲਗਭਗ ਪਿਛਲੇ ਸਮੇਂ 200 ਪਖਾਨੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬਣੇ ਹੋਏ ਆ, ਅਤੇ ਉਹਨਾਂ ਦਾ ਵੀ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ, ਉਹਨਾਂ ਨੇ 12 ਜਾਣੋ ਜਿਹੜੇ ਆ ਉਹ ਰੁਕ ਗਏ ਹਨ। ਇਹ ਪਿੰਡ ਮਾਣਖਾਨਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੀ ਬਹੁਤ ਸੋਹਣਾ ਜਿਹੜਾ ਪਾਰਕ ਬਣਾਇਆ ਗਿਆ ਪੰਚਾਇਤ ਵੱਲੋਂ, ਅਤੇ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਕੂੜਾ ਕਰਕਟ ਹੁੰਦਾ ਸੀ, ਬਹੁਤ ਜ਼ਿਆਦਾ ਗੰਦਗੀ ਸੀ, ਅਤੇ ਜਿਹੜੀਆਂ ਰੂੜੀਆਂ ਲੱਗੀਆਂ ਹੋਈਆਂ ਸੀ ਬਹੁਤ ਜ਼ਿਆਦਾ। ਉਸ ਥਾਂ ਨੂੰ ਸਾਫ਼ ਕਰਕੇ ਜਿਹੜਾ ਇੱਥੇ ਇਹ ਪਾਰਕ ਬਣਾਇਆ ਗਿਆ ਤਾਂ ਕਿ ਇੱਥੇ ਬੱਚੇ ਜਿਹੜੇ ਸ਼ਾਮ ਨੂੰ ਜਾਂ ਪਿੰਡ ਦੇ ਆਮ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ ਜੀ। ਇਸ ਪਿੰਡ ਵਿੱਚ ਸਾਫ਼ ਸਫਾਈ ਸੰਬੰਧੀ ਮਾਟੋ ਵੀ ਲਿਖਵਾਏ ਗਏ ਨੇ ਜੀ, ਅਤੇ ਇੱਥੇ ਸੋਲਿਡ ਵੇਸਟ ਮੈਨੇਜਮੈਂਟ ਦਾ ਨਿਰਮਾਣ ਕੀਤਾ ਗਿਆ ਤਾਂ ਕਿ ਪਿੰਡ ਦੇ ਕੂੜੇ ਕਰਕਟ ਦਾ ਜਿਹੜਾ ਨਿਪਟਾਰਾ ਉਹ ਸਹੀ ਢੰਗ ਨਾਲ ਕੀਤਾ ਜਾ ਸਕੇ। ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਪੇਂਟਿੰਗਾਂ ਜਿਹੜੀਆਂ ਸਾਫ਼ ਸਫਾਈ ਸੰਬੰਧੀ ਸਫਾਈ ਸੰਬੰਧੀ ਬਣਾਈਆਂ ਗਈਆਂ ਨੇ। ਇੱਥੇ ਪਿੰਡ ਦੇ ਵਿੱਚ ਹਰੇਕ ਘਰ ਨੂੰ ਜਿਹੜੇ 2 ਡਸਟਬੀਨ ਦਿੱਤੇ ਗਏ ਨੇ, ਇਸ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਜਿਹੜਾ ਉਹ ਪਾਇਆ ਜਾਂਦਾ, ਅਤੇ ਪਿੰਡ ਦਾ ਜਿਹੜਾ ਸਫਾਈ ਕਰਮਚਾਰੀ ਹੈ ਉਹ ਕੂੜਾ ਆਪਣੀ ਰੇਹੜੀ ਨਾਲ ਇੱਥੇ ਲਿਆ ਕੇ ਜਿਹੜਾ ਉਹ ਸਟੋਰ ਕਰਦਾ ਹੈ, ਜਿਹਦੇ ਵਿੱਚੋਂ ਕੂੜੇ ਦੀ ਜਿਹੜੀ ਛਾਂਟੀ ਕੀਤੀ ਜਾਂਦੀ ਹੈ, ਪਲਾਸਟਿਕ ਅਤੇ ਕੰਚ ਨੂੰ ਅਲੱਗ ਵੱਖਰੇ ਤੌਰ 'ਤੇ ਕਰਕੇ ਉਹਨੂੰ ਕਬਾੜ ਦੇ ਵਿੱਚ ਵੇਚ ਕੇ ਜਿਹੜਾ ਉਹਨੂੰ ਉਸ ਪੈਸੇ ਦਾ ਸਮਾਜ ਭਲਾਈ ਕੰਮਾਂ ਦੇ ਲਈ ਵੀ ਜਿਹੜਾ ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਰੇਨ ਵਾਟਰ ਰੀਚਾਰਜ ਪਿੱਟ ਵੀ ਬਣਾਏ ਗਏ ਹਨ ਜੀ। ਪਲਾਸਟਿਕ ਕੂੜੇ ਦੇ ਸਹੀ ਨਿਪਟਾਰੇ ਲਈ ਉਸਨੂੰ ਦੂਸਰੇ ਕੂੜੇ ਤੋਂ ਵੱਖ ਕੀਤਾ ਜਾਂਦਾ ਤਾਂ ਕਿ ਇਸ ਨੂੰ ਰੀਸਾਈਕਲ ਦੇ ਲਈ ਭੇਜਿਆ ਜਾ ਸਕੇ। ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਕੱਪੜੇ ਦੇ ਥੈਲੇ ਵੀ ਬਣਾ ਕੇ ਵੰਡੇ ਗਏ ਤਾਂ ਕਿ ਪਲਾਸਟਿਕ ਦੀ ਜਿਹੜੀ ਵਰਤੋਂ ਆ ਉਹ ਘਟਾਈ ਜਾ ਸਕੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਸੰਬੰਧੀ। ਮੈਂ ਗੁਰਸੇਵਕ ਸਿੰਘ ਸਿੱਧੂ, ਸਮਾਜ ਸੇਵੀ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਸੁੱਖਾ ਸਿੰਘ ਵਾਲਾ ਵੱਲੋਂ ਬੇਨਤੀ ਕਰਦਾ ਹਾਂ ਕਿ ਜਿਹੜੇ ਪਿੱਛੇ ਤੁਸੀਂ ਪਖਾਨੇ ਦੇਖ ਰਹੇ ਹੋ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਭਾਰਤ ਸਰਕਾਰ ਵੱਲੋਂ ਪਿੰਡਾਂ ਨੂੰ ਇਹ ਬਹੁਤ ਵੱਡੀ ਸਹੂਲਤ ਆਈ ਹੈ। ਇਸ ਸਹੂਲਤ ਦੇ ਤਹਿਤ ਸਾਡੇ ਪਿੰਡ ਸੁੱਖਾ ਸਿੰਘ ਵਾਲਾ ਵਿਖੇ ਵੀ ਇਹ ਪਖਾਨੇ ਜੋ ਪਿੱਛੇ ਦੇਖ ਰਹੇ ਹੋ ਤੁਸੀਂ ਇਹ ਬਣੇ ਹਨ। ਸੋ ਇਹਨਾਂ ਦਾ ਸਵੱਛ ਭਾਰਤ ਮਿਸ਼ਨ ਦੇ ਤਹਿਤ ਖਾਸ ਕਰ ਔਰਤਾਂ ਨੂੰ ਬਹੁਤ ਵੱਡਾ ਲਾਭ ਹੋਇਆ ਹੈ, ਕਿਉਂਕਿ ਪਹਿਲਾਂ ਸਾਰੇ ਲੋਕ ਖੁੱਲ੍ਹੇ ਵਿੱਚ ਸ਼ੌਚ ਜਾਂਦੇ ਸੀ, ਪਰ ਅੱਜ ਕੱਲ੍ਹ ਇਹ ਸਹੂਲਤ ਬਣਨ ਕਾਰਨ ਜਿਵੇਂ ਸਾਡਾ ਇਹ ਬੱਸ ਸਟੈਂਡ ਬਿਲਕੁਲ ਨਜ਼ਦੀਕ ਹੈ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਜ਼ਦੀਕ ਹੈ, ਸੋ ਜਿਹੜੇ ਵੀ ਕੋਈ ਜਦੋਂ ਇਕੱਠ ਜਾਂ ਕੋਈ ਫੰਕਸ਼ਨ ਹੁੰਦਾ ਤਾਂ ਉਦੋਂ ਇਹ ਪਖਾਨੇ ਬਰਤਨ ਵਿੱਚ ਆਉਂਦੇ ਹਨ। ਰੋਜ਼ਾਨਾ ਵੀ ਔਰਤਾਂ ਨੂੰ ਨਿਕਲਣ ਵਿੱਚ ਇਹ ਬਰਤਨ ਚਾਹੁੰਦਾ। ਸੋ ਅਸੀਂ ਸਰਕਾਰ ਦਾ ਸਿਗਨਲ ਨੂੰ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਮਿਸ਼ਨ ਦੇ ਤਹਿਤ ਸਾਡੇ ਪਿੰਡ ਨੂੰ ਬਹੁਤ ਵੱਡਾ ਫਾਇਦਾ ਹੋਇਆ। ਇਸ ਪਿੰਡ ਵਿੱਚ ਪੱਕੀਆਂ ਸੜਕਾਂ, ਪੱਕੀਆਂ ਗਲੀਆਂ, ਪੱਕੀਆਂ ਨਾਲੀਆਂ ਬਣਾ ਕੇ ਪਿੰਡ ਵਿੱਚ ਪੌਦੇ ਲਗਾਏ ਗਏ ਹਨ ਅਤੇ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਅਤੇ ਪਿੰਡ ਵਿੱਚ ਗਲੀਆਂ ਵਿੱਚ ਤੁਹਾਨੂੰ ਕਿਤੇ ਵੀ ਕੋਈ ਗੰਦਗੀ ਜਾਂ ਕੂੜਾ ਕਰਕਟ ਨਹੀਂ ਦਿਖਾਈ ਦੇਵੇਗਾ। ਇਸ ਪਿੰਡ ਨੂੰ ਬਠਿੰਡਾ ਜ਼ਿਲ੍ਹੇ ਦਾ ਸਭ ਤੋਂ ਵਧੀਆ ਸੋਹਣਾ ਪਿੰਡ ਦਾ ਖਿਤਾਬ ਵੀ ਜਿਹੜਾ ਮਿਲਿਆ ਜੀ।